30 ਕਿਲੋਮੀਟਰ ਇੱਥੋਂ ਤੇ ਇੱਥੇ ਖਲੋਣਾ ਤੇ ਉਹਦਾ ਮਣਾ ਵਾ ਤੇ ਇੱਥੇ ਖਲੋਣਾ ਤਾਂ ਮਣਾ ਵਾ ਪਹਾੜ ਜਿਹੜੇ ਬਹੁਤ ਉੱਚੇ ਆ ਤੇ ਸ਼ਾਦੋ ਬਣੀ ਆ ਤੇ ਉਹ ਕੋਈ ਵੀ ਜਿਹੜੇ ਦੇਖ ਸਕਦੀ ਆ ਤੇ ਇੱਕ ਛੋਟਾ ਜਿਹਾ ਵਿਊ ਵੇਖੋ ਬੜਾ ਸੋਹਣਾ ਦ੍ਰਿਸ਼ ਆ 2 ਮਿੰਟ ਲਈ ਖੁੱਤੇ ਆ ਬਸ ਨਿਕਲ ਜਾਣਾ ਛੇਤੀ ਕੋਈ ਗੱਡੀ ਖਿਲਾਰਨੀ ਇੱਥੇ ਵਰਜਤ ਆ ਮੋਟਰਸਾਈਕਲ ਅਸੀਂ ਖਿਲਾਰ ਲਏ ਚਲੋ ਸਿਰਫ ਵੀਡੀਓ ਵਾਸਤੇ ਕੋਈ ਚਤਾਵਣੀ ਹੈ ਜੀ ਛੋਟਾ ਪਹਿਲੇ ਆਹ ਭੁੱਲ ਗਈ ਜੀ ਸਾਰਿਆਂ ਨੂੰ ਜੀ ਮਨਾਲੀ ਦੇ ਇਸ ਖੂਬਸੂਰਤ ਬਾਜ਼ਾਰ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਬਹੁਤ ਹੀ ਚੌੜਾ ਬਾਜ਼ਾਰ ਮਨਾਲੀ ਦਾ ਅਤੇ ਬਾਕੀ ਇਹ ਆ ਵੀ ਜਿੱਥੇ ਗੱਡੀਆਂ ਕਾਰਾਂ ਲੰਘਦੀਆਂ ਨੇ ਉੱਥੋਂ ਬਾਜ਼ਾਰ ਮਨਾਲੀ ਦਾ ਥੋੜ੍ਹਾ ਜਿਹਾ
ਟਾਈਟ ਆ ਜੇ ਕੰਪੇਅਰ ਕਰਨਾ ਸ਼ਿਮਲੇ ਨਾਲ। ਸ਼ਿਮਲੇ ਦੀਆਂ ਜਿਹੜੀਆਂ ਰੋਡ ਨੇ ਉਹ ਓਵਰਆਲ ਚੌੜੀਆਂ ਨੇ ਮਨਾਲੀ ਨਾਲੋਂ, ਅਤੇ ਸ਼ਿਮਲੇ ਦਾ ਬਾਜ਼ਾਰ ਵੀ ਚੌੜਾ ਵਾ ਅਤੇ ਮਨਾਲੀ ਦਾ ਬਾਜ਼ਾਰ, ਉਹਨਾਂ ਨੇ ਕੁਛ ਇਲਾਕੇ ਚੌੜੇ ਬਾਜ਼ਾਰ ਰੱਖੇ ਨੇ ਜਿੱਥੇ ਫਿਰਨਾ ਤੁਰਨਾ ਸੌਖਾ ਵਾ। ਆਹ ਵੇਖੋ ਬਹੁਤ ਚੌੜੀ ਰੋਡ ਆ, ਘੱਟੋ ਘੱਟ 40 ਤੋਂ 50 ਫੁੱਟ ਦੇ ਅਰਾਊਂਡ ਇਹਦਾ ਜਿਹੜਾ ਡਾਇਮੀਟਰ ਪੂਰਾ ਖਾਸ, ਅਤੇ ਟੂਰਿਸਟ ਨਜ਼ਾਰਾ ਲੈ ਰਹੇ ਨੇ। ਇਹਦਾ ਜਿਹੜਾ ਡਿਸਟੈਂਸ ਆ ਮਨਾਲੀ ਦਾ ਅਤੇ ਸ਼ਿਮਲੇ ਦਾ, ਇਹ ਦੋਵੇਂ ਵੱਖਰੇ ਵੱਖਰੇ ਰਾਹਾਂ 'ਤੇ ਆਉਂਦੇ ਨੇ। ਮੰਡੀ ਤੋਂ ਲਗਭਗ 110 ਕਿਲੋਮੀਟਰ ਮਨਾਲੀ ਆ, ਅਤੇ ਸ਼ਿਮਲੇ ਦਾ ਰੂਟ ਜਿਹੜਾ ਉਹ ਵੱਖਰਾ ਵਾ, ਉਹ ਵਾਇਆ ਚੰਡੀਗੜ੍ਹ ਨੂੰ ਜਾਏਗਾ। ਕੌਣ ਜਾਂਦਾ ਵਾ ਅਤੇ ਚੁੱਕੇ ਕੌਣ ਖੜੂਗਾ ਵੀ ਅੱਗੇ, ਵਾਇਆ ਅਨੰਦਪੁਰ ਵੀ ਜਾ ਸਕਦੇ ਹਾਂ। ਮਨਾਲੀ ਦੇ ਬਾਜ਼ਾਰ ਵਿੱਚ ਵੇਖੋ ਜੀ ਤੁਸੀਂ ਬਾਜ਼ਾਰ ਕਰੋ, ਇਹ ਜਾਣ ਕੇ ਰੱਖੇ ਗਏ ਤਰਸਦੇ ਆਧਾਰ ਦੇ ਵੀ ਪੈਸੇ ਮਿਲ ਜਾਣਗੇ, ਚੁੱਕੇ ਫਿਰ ਉਹਨਾਂ ਲੈ ਜਾਓ। ਬਾਜ਼ਾਰ ਵੇਖ ਲਿਆ।